ਨੂੰ ਵੀਰੇ ਰਾਮ ਰਾਮ ਸਤਿ ਸ੍ਰੀ ਅਕਾਲ ਸਭ ਭਾਈਆਂ ਨੇ ਵੀਰੇ ਸਭ ਭਾਈਆਂ ਨੂੰ ਤਾਂ ਅੱਜ ਨਿਕਲੀ ਵੀਰੇ ਧੁੱਪ ਕਈ ਦਿਨਾਂ ਬਾਅਦ 2 ਹਫ਼ਤੇ ਹੋ ਗਏ ਨੇ ਧੁੱਪਾਂ ਨਿਕਲੀ ਨੂੰ ਹੋਰ ਤਾਂ ਕੁਛ ਨਹੀਂ ਦਿਖ ਰਿਹਾ ਜੀ ਸਭ ਤੋਂ ਜ਼ਿਆਦਾ ਦਿਖ ਰਹੇ ਹੈ ਕੋਠੇ ਪਾ ਕੱਪੜੇ ਕੱਪੜੇ ਸਭ ਤੋਂ ਜ਼ਿਆਦਾ ਦਿਖ ਰਹੇ ਹੈ ਜੀ ਮੈਨੂੰ ਅੱਜ ਹਵਾ ਵੀ ਬਹੁਤ ਵਧੀਆ ਵਧੀਆ ਚੱਲ ਰਹੀ ਹੈ ਅੱਜ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਔਰ ਤੁਸੀਂ ਅੱਜ ਦਾ ਵਲੌਗ ਦੇਖ ਲਿਆ ਹੋਊਗਾ ਜਿਹੜਾ ਅੱਜ ਅਸੀਂ ਪਾਇਆ ਹੁਣ ਦਿਖਾਉਂਦਾ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਕਿੰਨੇ ਕੱਪੜੇ ਟੰਗੇ ਹੋਏ ਨੇ ਜੀ ਪਿੱਛੇ ਧੁੱਪਾਂ ਦਾ ਨਿਕਲੀ ਬੋਕੜਾ ਕੇ ਦੀ ਜੀ ਖੜ੍ਹ ਨਹੀਂ ਹੋ ਰਿਹਾ ਧੁੱਪਾਂ ਮਾ ਬਹੁਤ ਘੈਂਟ ਧੁੱਪਾਂ ਨਿਕਲੀ 7 ਵਜੇ ਦੀ ਧੁੱਪਾਂ ਨਿਕਲੀ ਵੀ 7 ਵਜੇ ਦੀਆਂ ਹਾਂਜੀ ਸਾਰੇ ਸਭ ਦੇ ਘਰਾਂ ਦੇ ਉੱਪਰ ਕੱਪੜੇ ਕੱਪੜੇ ਪਏ ਜੀ ਸੁੱਕੇ ਪਏ ਦੇਖੋ ਜੀ ਕਈ ਦਿਨ ਹੋ ਗਏ 2 ਹਫ਼ਤੇ ਹੋ ਗਏ ਸਭ ਘਰਾਂ ਦੇ ਅੰਦਰ ਅੱਜ ਸਾਰੇ ਪਏ ਆ ਜੀ ਸਾਰੇ ਬਾਹਰ ਨਿਕਲ ਗਏ ਅੱਜ ਸਾਰੇ ਧੁੱਪਾਂ ਸੇਕ ਰਹੇ ਆ ਦਿਖਾਉਂਦਾ ਜੀ ਤੁਹਾਨੂੰ ਬਾਏ ਬਲਿਊ ਕਰਕੇ ਕਿੰਨੇ ਕੱਪੜੇ ਪਏ ਬਾਹਰ ਬਾਹਰ ਦਾ ਕਿਆ ਦੇਖਣਾ ਜੀ ਪਹਿਲਾਂ ਤੁਸੀਂ ਸਾਡੀ ਕੋਠਾ ਦੇਖ ਲਓ ਆਹ ਦੇਖੋ ਜੀ ਸਾਡੇ ਕੋਠੇ 'ਤੇ ਇੰਨੇ ਕੱਪੜੇ ਆ ਉਹ ਦੇਖੋ ਹੁਣ ਦੇਖੋ ਜੀ ਤੁਸੀਂ ਕੱਪੜੇ ਕੱਪੜੇ ਕਿੰਨੇ ਕੱਪੜੇ ਧੁੱਪਾਂ ਕਰਕੇ ਬਹੁਤ ਚੱਲ ਰਹੀ ਹੈ ਜੀ ਬਹੁਤ ਆਵਾਜ਼ ਚੱਲ ਰਹੀ ਆ ਗਏ ਨੇ ਜੀ ਵੀ ਕਿਆ ਦੇਖੋ ਲੈ ਰਹੇ ਨੇ ਧੁੱਪਾਂ ਦਾ ਲਾਭ ਇਹ ਕਿਆ ਕਰਨਾ ਹੈ ਦੇਖੋ ਜੀ ਰਜਾਈਆਂ ਪਾਉਣਾ ਹੈ ਥੱਲੇ ਬੀਬੀ ਬੈਠੀ ਹੈ ਜੀ ਰੋਟੀ ਖਾ ਰਹੀ ਬੈ ਕੈਮਰਾ ਕਰਕੇ ਦਿਖਾਉਂਦੇ ਆ ਵੀ ਅੱਜ ਧੁੱਪਾਂ ਮੈਂ ਬੈਠੀ ਹੈ ਆਹ ਦੇਖੋ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਬੀਬੀ ਆਪਣੀ ਖਾ ਰਹੀ ਰੋਟੀ ਹੁਣ ਤੁਸੀਂ ਬਾਹਰ ਦਾ ਵਿਊ ਦੇਖ ਲਓ ਜੀ ਹਵਾ ਬਹੁਤ ਵਧੀਆ ਵਧੀਆ ਚੱਲ ਰਹੀ ਉਹ ਨਿਕਲਿਆ ਵਾ ਜੀ ਆਪਣਾ ਸੂਰਜ 7 ਵਜੇ ਦਾ ਸਾਜੇ ਅੱਜ ਪਤਾ ਨਹੀਂ ਕਿੱਧਰ ਦੇ ਰੱਬ ਨੇ ਚਮਤਕਾਰ ਕਰਤਿਆ ਕੱਪੜੇ ਦੇਖ ਲਓ ਜੀ ਤੁਸੀਂ ਸਭ ਦੇ ਘਰਾਂ ਦੇ ਆਹ ਦੇਖੋ ਜੀ ਉੱਦਾਂ ਟਹਿਲ ਰਹੇ ਨੇ ਉਹ ਵੀਰ ਜੀ ਅਸੀਂ ਬੀਜੇ ਤੇ ਹੀ ਮੇਥੇ 1-2 ਮਹੀਨੇ ਹੋ ਗਏ ਆਹ ਦੇਖੋ ਜੀ ਮੇਥੇ ਆ ਰਹੀ ਜੀ ਆਪਣੇ ਮੇਥੇ ਠੀਕ ਹੈ ਜੀ ਆ ਰਿਹਾ ਜੀ ਆਪਣਾ ਸਾਗ ਆ ਰਿਹਾ ਉਰੇ ਆਪਣਾ ਬੀਜੇ ਤੀ ਜੀ ਭਿੰਡੀਆਂ ਹੋਈ ਆ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਜੀ ਮੈਂ ਤਾਂ ਜੀ ਚੌੜ ਚੌੜਵਾਂ ਜੀ ਨਾ ਉਹ ਲਸਣ ਬੀਤਿਆ ਹੋ ਵੀ ਗਿਆ ਜੀ ਆ ਰਿਹਾ ਜੀ ਆਪਣਾ ਪੀਲੀ ਸਰੋਂ ਨਹੀਂ ਸੱਚ ਜੀ ਆਪ ਦੇਖੋ ਜੀ ਫੁੱਲ ਹੁਣ ਤੁਹਾਨੂੰ ਸੈਂਟਾਮੈਟਿਕ ਸ਼ੋਟ ਦੇ ਚੁੱਲ੍ਹਾ ਇਹ ਮੈਂ 2 ਹੈ ਜੀ ਇੱਕ ਤਾਂ ਆ ਰਿਹਾ ਔਰ ਇੱਕ ਉਹ ਲਗਾਉਣਾ ਜਿਹੜਾ ਗੈਸ ਪਾਣੀ ਲਗਾਉਂਦੇ ਜਿਹੜਾ ਰੋਟੀ ਪੱਕਦੀ ਜੀ ਆਪਾਂ ਤਵਾ ਤੁਵਾ ਰੱਖ ਲੈਂਦੇ ਇੱਕ ਹੋਰ ਲੱਗਣਾ ਜੀ ਉਹ ਆਪਾਂ ਪੂਰਾ ਕੰਪਲੀਟ ਕਰ ਦੇਣਾ ਆ ਰਹੇ ਨੇ ਸ਼ਖਸ ਜਿਹਨਾਂ ਨੇ ਬਣਾਇਆ ਇੱਕ ਆਪਣਾ ਘਰ ਵੀ ਹੈ ਜੀ ਦੇਸੀ ਜਿਹਾ ਉਹ ਬਾਈ ਆਪਣੇ ਕੰਮੀ ਬਾਈ ਨੇ ਬਣਾਇਆ ਤਾ ਜੀ ਆਪਾਂ ਸਭ ਨੇ ਮਿਲ ਕੇ ਬਣਾਇਆ ਤਾ ਜੀ ਕੰਮੀ ਵੀ ਨਾ ਮੈਂ ਔਰ ਸਹਿਜ ਨੇ ਆਹ ਦੇਖੋ ਜੀ ਆਹ ਹੈ ਜੀ ਆਪਣਾ ਘਰ 'ਚ ਸੈਂਟੀਮੈਟਿਕ ਸ਼ੋਟ ਲੈ ਲਓ ਇਹਦੇ ਆਹ ਹੈ ਜੀ ਪੁਰਾਣੀ ਜ਼ਮਾਨੇ ਦੀ ਚੱਕੀ ਜੀ ਆਟਾ ਪੀਆ ਜਾਂਦਾ ਉਹ ਰਹੀ ਜੀ ਵੀਰ ਜੀ ਹੁਣ ਆਪਾਂ ਚੱਲਦੇ ਹਾਂ ਪਤਾ ਨਹੀਂ ਕਿਆ ਕਹਿ ਰਹੇ ਹਾਂ ਬੋਲ ਨੰਗੇ ਪੈਰੀ ਕਾਹਤੇ ਆਏ ਹਾਂ ਬਾਈ ਨੰਗੇ ਪੈਰੀ ਕਾਹਤੇ ਆਏ ਹਾਂ ਉਹ ਕਬੂਤਰ ਨੂੰ ਕਾਹਤੇ ਛੇੜ ਰਹੇ ਹਾਂ ਰਹਿਣ ਦੇ ਉੜ ਜਾ ਉੜ ਨਹੀਂ ਸਕਦਾ ਛੱਡ ਉੜ ਜਾ ਕਰ ਗਿਆ ਬੇਇੱਜ਼ਤੀ ਬਾਈ ਤੇਰੀ ਕਰ ਉੜ ਨਹੀਂ ਸਕਦਾ ਓਹੋ ਬੇਇੱਜ਼ਤੀ ਕਰ ਗਿਆ ਬਾਈ ਤੇਰੀ ਮੂੰਹ ਜੀ ਨੇ ਕਰਤਾ ਕਾਣ ਜੀ ਉਰੇ ਬਾੜਤੀ ਬੋਲ ਜਾਓ ਛਿੱਤੀ ਜਾ ਬਾਈ ਨਿਊਣ ਉਰੀ ਦਾ ਥੱਪੜ ਜਾਂ ਬੁੜਕੂਗਾ ਨਾ ਚੱਲ ਚੱਲ ਕਰਾਵਾਂ ਤੈਨੂੰ ਜਿੰਮ ਕਰਾਵਾਂ ਚੱਲ ਮੂੰਹ ਕਈ ਜਾਂ ਥੱਪੜ ਪੈਣਾ ਜਿੰਮ ਸਾਰੀ ਕਰਾ ਦੇਣੀ ਤੇਰੀ
चप्पल जब तक नंगे पैरी कर रहे हैं दसूंगा मैं पापा भी नंगे पैरी फिर रहा देख लो चल धक्का दे दी चलो आ गया जी हम उत्थे गई अपनी बॉल छेती जा बैट लेके आऊंगे नाले बैट बॉल खेलना ही अज असी सिंथेमैटिक शॉट देखूंगे दो मिनट आ लिया है जी बॉल तू है कोठे कोठे टप्पी जाना तू तो करावा जिम खट जा हूँ जी जिम करानी पौगी जी बॉली मार बॉली मारनी बॉली मार आ मारे एक थप्पड़ थप्पड़ मारे जी करा दी जी जिम हूँ जी हूँ कराने फिर तेरी कर जी ढिडो मैं लाखी मार ਕਿੱਦਾਂ ਲੱਗਿਆ ਬਾਈ ਭੌਂਕਣ ਮੇਰੇ ਭੌਂ ਅਸੀਂ ਬੈਟ ਬੋਲ ਖੇਲ ਰਹੇ ਤੇ ਉੱਪਰ ਇੰਨਾ ਟਾਈਮ ਲੈਪਸ ਹੋ ਗਿਆ ਜੀ ਉਹ ਕੁੱਤਾ ਰਿਹਾ ਉਹ ਬਹੁਤ ਭੌਂਕ ਰਿਹਾ ਤਾ ਜੀ ਵਲੋਗ ਹੀ ਨਹੀਂ ਸ਼ੂਟ ਹੋ ਪਾਇਆ ਸੋਰੀ ਕ੍ਰਿਕਟ ਦਾ ਕੋਈ ਨਾ ਜੀ ਪਰ ਥੱਲੇ ਖੇਲੂਗੇ ਆਪਾਂ ਭਾਈਆਂ ਨੂੰ ਵੀਰੇ ਵਧੀਆ ਲੱਗਾ ਹੋਊਗਾ ਵਲੋਗ ਜੇ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਮੇਰਾ ਵੀਰ ਸਭ ਭਾਈ ਵੀਰੇ ਠੀਕ ਠਾਕ ਹੋ ਮੈਂ ਵੀਰੇ ਕਮੈਂਟ ਕਰਕੇ ਜ਼ਰੂਰ ਦੱਸਦੇ ਕਰੋ ਬਾਈ ਤਿੰਨ ਬੰਦੇ ਦੇ ਕਮੈਂਟ ਆਏ ਸੀਗੇ ਪਿਛਲੇ ਵੀਡੀਓ ਵਿੱਚ ਦੋ ਬੰਦੇ ਨੇ ਅਰਸ ਲਿਖੇ ਜੀ ਇੱਕ ਬੰਦੇ ਨੇ ਵਧਾਈਆਂ ਦੀਆਂ ਜੀ ਆਪਣੇ ਵੱਡੇ ਵੀਰ ਜੀ ਨੇ ਵੀ 400 ਸਬਸਕ੍ਰਾਈਬਰ ਹੋ ਗਏ ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀਰੇ ਸਭ ਨੂੰ ਸਭ ਭਾਈਆਂ ਨੂੰ ਵਿੱਚ ਸਤਿ ਸ਼੍ਰੀ ਅਕਾਲ ਸਭ ਨਾਲ ਸਭ ਰਾਮ ਰਾਮ ਸਭ ਭਾਈਆਂ ਨੂੰ ਵੀਰੇ ਚੰਗਾ ਵੀਰ ਜੀ ਅਗਲੇ ਵਲੋਗ ਦੇ ਵਿੱਚ ਮਿਲਦੇ ਆ ਅਗਲਾ ਵਲੋਗ ਜੀ ਆਪਣਾ ਹੋਣੇ ਵਾਲਾ ਬੁਲਟ 'ਤੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਬੁਲਟ ਚਲਾਉਣਾ ਹੈ ਉਹ ਵੀ ਹੈਗਾ ਜੀ ਪੁੱਠੇ ਗੇਰਾਂ ਵਾਲਾ ਪੁਰਾਣਾ ਮਾਡਲ 2010 ਮਾਡਲ 350 ਅਗਲਾ ਵਲੋਗ ਇੰਤਜ਼ਾਰ ਬਾਏ ਬਾਏ ਜੀ